ਇੱਥੋਂ ਤੱਕ ਠੱਕ ਕਰਕੇ ਆਵਾਜ਼ ਵੱਜੇ ਜਿਵੇਂ ਜੱਜ ਨਵਾਜ਼ ਸ਼ਰੀਫ ਨੂੰ ਵੱਜੇ। ਹਾਂ ਠੰਡ ਪਵੇ ਇਧਰ ਜਲਦੀ ਬਣ ਮਿਲ ਕੇ ਸਰੂਰ ਵੱਜ ਜਾਵੇ ਜਰਾ ਇਮਾਨ ਤਾਜ਼ਾ ਹੋਵੇ। ਮੈਨੂੰ ਬੰਦੇ ਅਕਸਰ ਕਹਿੰਦੇ ਨੇ ਮੌਲਵੀ ਜੀ ਤੁਹਾਨੂੰ ਡਰ ਨਹੀਂ ਆਉਂਦਾ। ਮੈਂ ਕਿਹਾ ਡਰ ਕੀ, ਉੱਥੇ ਵੀ ਸਰਕਾਰੀ ਤੇ ਇੱਥੇ ਵੀ ਸਰਕਾਰੀ, ਜੇਲ ਚ ਵੀ ਰੋਟੀ ਖਾਣੀ ਇੱਥੇ ਵੀ ਰੋਟੀ ਖਾਣੀ ਹੈ, ਉੱਥੇ ਵੀ ਤਕਰੀਰਾਂ ਕਰਨੀਆਂ ਇੱਥੇ ਵੀ ਕਰਨੀਆਂ। ਹਾਂ ਤਵੱਜੋ ਮੇਰੇ ਵੱਲ, ਸਾਨੂੰ ਉੱਥੇ ਵੀ ਬਾਰਾਂ ਇੱਥੇ ਵੀ ਬਾਰਾਂ। ਮੈਨੂੰ ਇੱਕ ਬੰਦਾ ਦਾ ਮੌਲਵੀ ਜੀ ਤੁਹਾਨੂੰ ਜੇਲ ਹੋ ਜਾਵੇ ਤੇ ਮੈਂ ਤੈਨੂੰ ਕੀ ਮਿਲ ਜੂ, ਮੈਂ ਤੇਰੇ ਮੂੰਹ ਚ ਪਵੇ ਅੱਗ, ਤੈਨੂੰ ਪਤਾ ਨੀ ਮੈਂ ਨਬੀ ਦਾ ਦੀਨ ਗਲੀ ਗਲੀ ਦੱਸਦਾ ਫਿਰਨਾ। ਹਾਂ ਗਲੀ ਗਲੀ ਦੱਸਣਾ ਹਜ਼ੂਰ ਦਾ ਦੀਨ ਇਨਸ਼ਾਅੱਲਾ, ਗਲੀ ਗਲੀ ਦੱਸਾਂਗੇ ਇਨਸ਼ਾਅੱਲਾ। ਨਬੀ ਪਾਕ ਦੇ ਇਹਨਾਂ ਦੀ ਇਸਲਾਮ ਦਾ ਇਨਕਲਾਬ ਆਏਗਾ ਇਨਸ਼ਾਅੱਲਾ, ਔਰ ਆਉਣਾ ਇਨਸ਼ਾਅੱਲਾ। ਪੂਰੀ ਦੁਨੀਆਂ ਤੋਂ ਚੂੜ ਚਮਾੜ ਮੁੱਕ ਜਾਣੇ ਨੇ, ਜਿੱਥੇ ਵੀ ਵੇਖਾਂਗੇ ਝੰਡਾ ਮੁਸਤਫਾ ਦਾ ਹੀ ਲੱਗਣਾ ਹੈ। ਹਾਂ ਪੂਰੀ ਦੁਨੀਆਂ ਤੇ, ਹਾਂ ਅੱਲਾ ਉਮਰ ਚ ਬਰਕਤ ਪਾਏ, ਪੂਰੀ ਦੁਨੀਆਂ ਤੇ ਝੰਡਾ ਕਮਲੀ ਵਾਲੇ ਦਾ ਜਾਣਾ ਹੈ। ਜਿਹੜੇ ਵੇਲੇ ਮੱਕਾ ਮੁਕਰਮਾ ਦੀ ਗੱਲ ਆਈਏ ਨੀ, ਹੁਣ ਤੇ ਏਡੇ ਅੰਤਰੇ ਨੇ ਲੋਕ, ਕਈਆਂ ਮੁੰਡਿਆਂ ਮੋਟਰਸਾਈਕਲਾਂ ਦੀਆਂ ਲਾਈਟਾਂ ਮਗਰ ਲਿਖਿਆ ਹੁੰਦਾ, ਜਾਨੂ ਤੇਰੇ ਮਗਰ ਰੋਲ ਤੇ ਗਾਂ ਪਰ ਚੱਸ ਬੜੀ ਆਈ ਹੈ, ਡੁੱਬ ਕੇ ਮਰਨ ਦਾ ਮਕਾਮ ਹੀ ਚੰਗਾ ਤੂੰ ਰੁਲਿਆ। ਉਹ ਤਨ ਮਨ ਵਾਰੀ ਆਉਂਦੇ ਹੈ ਤੇਰੇ ਮਗਰ ਰੁਲ ਗਏ। ਇੱਕ ਖੋਤੀ ਰੇੜੀ ਜਾ ਰਹੀ ਸੀ, ਮੈਂ ਤਬਰੀਕ ਕਰਕੇ ਜਾ ਰਿਹਾ ਸਾਂ ਤੇ ਉਹਦੇ ਉੱਤੇ ਲਿਖਿਆ ਤੇਰੇ ਮਗਰ ਰੁਲਤੇ ਗਏ ਪਰ ਚੱਸ ਬੜੀ। ਮੈਂ ਗੱਡੀ ਖੜਾਰੀ, ਮੈਂ ਗੱਲ ਸੁਣ, ਕਹਿੰਦਾ ਜੀ ਮੌਲੀ ਸਾਹਿਬ, ਮੈਂ ਤੂੰ ਰੁਲਣਾ ਕੀ ਹੈ, ਤੂੰ ਆ ਰੇੜੀ ਤੇ ਬੈਠਾ, ਤੂੰ ਰੱਬ ਹੀ ਰੁਲਿਆ ਹੈ ਤੇ ਤੂੰ ਆ ਕੀ ਲਫ਼ਜ਼ ਲਿਖਣ ਦਿਆ। ਮੈਂ ਕਹਿੰਦਾ ਨਹੀਂ ਮੌਲੀ ਜੀ ਗਲਤੀ ਹੋ ਗਈ ਹੈ, ਮੈਨੂੰ ਪਤਾ ਸੀ ਕਿਸੇ ਨਾ ਕਿਸੇ ਨੇ ਮੈਨੂੰ ਕਹਿ ਦੇਣਾ ਤੇ ਹੁਣ ਤਕਰੀਰ ਚ ਨਾ ਕਹਿਣਾ ਤੇ ਮੈਂ ਤੇ ਕਹਿ ਦੇਣਾ, ਮੈਂ ਤੇ ਕਹਿ ਦੇਣਾ। ਉਹ ਨਾ ਇੰਜ ਕਰਿਆ ਕਰੋ, ਜੇ ਰੁਲਣਾ ਜੇ ਨਾ ਇੰਜ ਰੁਲੀ ਜਿਵੇਂ ਬਿਲਾਲ ਰੁਲਿਆ ਸੀ। ਹਾਂ ਇੰਜ ਰੁਲੀ ਤੇ ਫਿਰ ਤੇਰੇ ਰੁਲਣੇ ਦੇ ਚਰਚੇ ਅਰਸ਼ ਤੇ ਹੋਣਗੇ, ਕਾਬੇ ਦੀ ਛੱਤ ਤੇ ਹੋਣਗੇ। ਕਿਉਂ ਜੀ ਬਜ਼ੁਰਗੋ, ਚੱਸ ਤੇ ਫੇਰ ਆਉਂਦੀ ਹੈ ਨਾ। ਕਾਫਰ ਰੋਲੇ, ਬਿਲਾਲ ਰੁਲਿਆ ਪੱਥਰਾਂ ਤੇ, ਅੱਲਾ ਨੇ ਕਿਹਾ ਬਿਲਾਲ ਤੂੰ ਚੱਲੇਗਾ ਜ਼ਮੀਨ ਤੇ, ਤੇਰੇ ਚੱਲਣੇ ਦੀ ਆਵਾਜ਼ ਜੰਨਤ ਚ ਸੁਣਾਈ ਦੇਵੇਗੀ। ਤੇ ਰੁਲਣ ਦੀ ਤੇ ਚੱਸ ਆ ਗਈ। ਇੱਧਰ ਵੇਖੋ ਓਏ ਮੱਖਣ, ਇੱਧਰ ਹੋ ਸਿੱਧਾ, ਮੈਂ ਸੋਹਣਿਆ ਚੰਨਾ, ਇੱਧਰ ਨਵਾਂ ਪਾਕਿਸਤਾਨ ਬਣਨ ਦਿਆ ਤੇ ਤੂੰ ਇੱਧਰ ਵੇਖ। ਜੇ ਇੱਕ ਵਾਰਾਂ ਵੀ ਖੁਸ਼ ਹੋ ਗਿਆ, ਮਿਸਾਲ ਮੈਂ ਤੁਹਾਡੇ ਫੈਸਲਾਬਾਦ ਆਇਆ, ਇੱਥੇ ਮੈਨੂੰ ਕੋਈ ਬੰਦਾ ਬਾਊ ਰਿਆਜ਼ ਚਾਹ ਪਿਆਵੇ ਤੇ ਇਹਨਾਂ ਦੇ ਮੈਂ ਪੁਰਾਣੇ ਮੁਹੱਲੇ ਜੁਮਾ ਪੜਾਉਣਾ ਹੈ ਉੱਥੇ ਰਾਮਗੜ੍ਹ, ਉੱਥੇ ਸ਼ਾਲਾਮਾਰ ਬਾਗ, ਤੇ ਉੱਥੇ ਜਾ ਕੇ ਮੈਂ ਆਖੂ ਯਾਰ ਬਾਊ ਬੜਾ ਚੰਗਾ ਜੇ ਉਹਨੇ ਮੈਨੂੰ ਪਾਣੀ ਪਿਆਇਆ, ਤੇ ਉਹ ਇਹਨੂੰ ਫੋਨ ਕਰਨਗੇ ਬੜਾ ਖੁਸ਼ ਹੋਏ ਯਾਰ ਤੇਰੀ ਤਾਰੀਫ ਮਦਨੀ ਸਾਹਿਬ ਜੁਮੇ ਚ ਕਰ ਰਹੇ ਸੀ। ਚੱਲਿਓ ਬੰਦਾ ਬੰਦੇ ਦੀ ਤਾਰੀਫ ਕਰੇ ਤੇ ਬੰਦਾ ਮਾਨ ਨਹੀਂ, ਤੇ ਜਿਹੜਾ ਅੱਲਾ ਵਾਲੀ ਮਸਜਿਦ ਚ ਬਹਿ ਕੇ ਅੱਲਾ ਦੇ ਯਾਰ ਦੀ ਤਾਰੀਫ ਕਰੇ, ਉਹਨੇ ਤੇ ਤੈਨੂੰ ਜੁੱਤੀ ਨੀ ਪਾਉਣ ਦੇਣੀ ਤੇ ਖੈਰ ਪਾ ਦੇਣੀ। ਉਤਰੇ ਇਧਰ ਧਿਆਨ ਮੋਬਾਇਲ ਛੋੜ, ਅੱਲਾ ਨੇ ਤਾਕਤ ਦਿੱਤੀ ਹੈ ਤੇ ਕੰਮ ਚੱਲਦਾ ਪਿਆ ਹੈ ਤੇ ਅੱਲਾ ਚਲਾਈ ਰੱਖੇ। ਹਾਂ ਮਿਲ ਕੇ ਹੁਣ ਪੜ੍ਹਨਾ ਜ਼ਰਾ, ਉਹ ਮੇਰੇ ਮੱਖਣ ਹੈਦਰ ਵੇ ਸਾਰਿਆਂ ਪੜ੍ਹਨਾ ਜ਼ਰਾ, ਅੱਲਾ ਤੇਰੀ ਦਾੜੀ ਬੜੀ ਸੋਹਣੀ, ਅੱਲਾ ਹੋਰ ਬਰਕਤ ਪਾਏ ਤੇ ਸਾਰਿਆਂ ਪੜ੍ਹਨਾ ਹੈ। ਉਹ ਪੁੱਤਰ ਨੁੱਕਰ ਵਾਲੇ ਗਾਂ ਹੋ ਬੋ ਜਲਦੀ ਕਰ ਤੇ ਪੜ੍ਹ ਜ਼ਰਾ, ਮੂੰਹ ਅੱਗੇ ਚਾਦਰ ਲਈ ਤੈਨੂੰ ਬੋ ਆਉਂਦੀ ਹੈ, ਹਾਂ ਮਸੀਤੇ ਪੈ ਕੇ ਮੂੰਹ ਅੱਗੇ ਲਪੇਟਿਆ ਹੀ ਹੈ ਤੇ ਹਰ ਪੜੋ ਰਾਣੇ ਅਰਸਲਾਨ ਪੜ੍ਹਦਾ ਕਿਉਂ ਨੀ, ਉੱਥੇ ਮੁੰਡਿਆਂ ਕੋਲ ਬੜਾ ਬੋਲਦਾ ਇੱਥੇ ਬੋਲ ਕਮਲੀ ਵਾਲੇ ਵਾਸਤੇ, ਜਰਾ ਸਾਰੇ ਸਕੂਲੇ ਤੇ ਸਾਰਾ ਦਿਨ ਬੋਲਦੇ, ਸਾਰਾ ਦਿਨ ਸਕੂਲੇ ਮੁੰਡੇ ਪੜਾਉਂਦੇ ਜੇ ਬਾਲ ਪੜਾਉਂਦੇ, ਇੱਥੇ ਬੋਲੋ ਅੱਜ ਮੌਲਵੀ ਨੇ ਵੀ ਤੁਹਾਨੂੰ ਪੜਾਉਣਾ ਹੈ। ਹਾਂ ਸਾਰਿਆਂ ਪੜ੍ਹਨਾ, ਮੈਨੂੰ ਪਤਾ ਲੱਗੇ ਮੇਰੇ ਯਾਰ ਨੇ ਫਰਮਾਇਸ਼ ਕੀਤੀ ਸੀ ਆ ਸ਼ੇਰ ਲਾਜ਼ਮੀ ਪੜ੍ਹਨਾ ਤੇ ਮੈਂ ਇਨਸ਼ਾਅੱਲਾ ਇਹ ਵੀ ਪੜ੍ਹ ਦੇਣਾ। ਜਿਹੜਾ ਜਿਹੜਾ ਕਈ ਜੋਗੇ ਰੁਕੇ ਰੱਖੀ ਜਾਓ, ਮੈਂ ਫਰਮਾਇਸ਼ਾਂ ਪੂਰੀਆਂ ਕਰੀ ਜਾਊ, ਤੁਸੀਂ ਮੇਰੇ ਜੋਗੇ, ਮੈਂ ਤੁਹਾਡੇ ਜੋਗਾ ਅੱਜ ਅਠਬਾਰਾ ਹੀ ਰੱਖਣਾ ਹੈ ਇਨਸ਼ਾਅੱਲਾ। ਇਹ ਅਠਬਾਰਾ ਰੱਖਣ ਨੂੰ ਵੀ ਤਿਆਰ ਨੇ। ਅੱਲਾ ਅੱਲਾ ਤੁਹਾਡੀ ਉਮਰ ਚ ਬਰਕਤ ਪਾਏ। ਇਹ ਪੱਖਾ ਤੇਜ਼ ਨਹੀਂ ਹੁੰਦਾ, ਇਹਨੂੰ ਕਰੋ, ਕੁਛ ਨਹੀਂ ਹੁੰਦਾ, ਤੂੰ ਚਲਾ ਆਵਾਜ਼ ਆਉਂਦੀ ਹੈ। ਅਰਜ਼ ਕਰਨਾ ਮੌਲਵੀ ਮਾਰੂ ਜੇ।